ਜਦੋਂ ਵੀ ਦੁੱਖ ਆਵੇ ਉਦੋਂ ਨਾਮ ਜਪਣ ਲੱਗ ਜਾਓ, ਨਾਮ ਨਾਲ ਦੁੱਖ ਘੱਟ ਜਾਂਦਾ। ਬੜੇ ਸਾਧੂਆਂ ਦੀ ਸੰਗਤ ਅਸੀਂ ਕੀਤੀ ਜ਼ਿੰਦਗੀ 'ਚ। ਬਾਬਾ ਜਰਨੈਲ ਸਿੰਘ ਜੀ ਖਾਲਸਾ ਦੇ, ਇੱਕ ਵਾਰ ਪੇਟ ਦਰਦ ਹੋਣ ਲੱਗ ਗਿਆ, ਗੁਰੂ ਨਾਨਕ ਨਿਵਾਸ ਦੇ ਉੱਤੇ ਸੀ ਅਸੀਂ ਉਦੋਂ 48 ਨੰਬਰ ਕਮਰੇ 'ਚ, ਤਾਂ ਜਾ ਕੇ ਦੇਖ ਆਇਓ ਕਿਤੇ 47-48 ਸਾਡੇ ਕੋਲ ਹੀ ਸੀਗੇ, ਉਹ 45 ਉਹ ਸਾਰੀ ਉੱਪਰਲੀ ਮੰਜ਼ਲ ਹੀ ਸੀ ਆਪਣੇ ਕੋਲ। ਤਾਂ ਪੇਟ 3-4 ਦਿਨ ਦਰਦ ਹੁੰਦਾ ਰਿਹਾ। ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਆ ਗਏ ਪਤਾ ਲੈਣ, ਕਹਿੰਦੇ ਕੀ ਹੋਇਆ? ਮੈਂ ਬਾਹਰ ਬੈਠਾ ਸੀ ਪਹਿਰੇ 'ਤੇ, ਮੈਂ ਕਿਹਾ ਦਰਦ ਨਹੀਂ ਹਟਦਾ ਪੇਟ। ਕਹਿੰਦੇ ਉਹ ਦੀਨ ਦਰਦ ਦੁੱਖ ਭੰਜਣਾ ਘੜ ਘੜ ਨਾਥ ਨਾਥ ਪੜਿਆ ਕਰੋ ਸਾਰੇ ਜਾਣੇ, ਹਟ ਜੂਗਾ। ਬਸ ਉਹ ਕਹਿ ਗਏ ਤਾਂ ਦਰਦ ਹਟ ਗਿਆ। ਮਹਾਂਪੁਰਸ਼ਾਂ ਨੇ ਕਿਉਂ ਨਹੀਂ ਹਟਾਇਆ ਵੀ ਆਪਦਾ ਦਰਦ? ਉਹ ਭਾਣੇ 'ਚ ਸੀਗੇ, ਕਹਿੰਦੇ ਨਹੀਂ ਜੋ ਹੈ ਬਾ ਠੀਕ ਆ, ਜੋ ਦਰਦ ਪਰਮਾਤਮਾ ਨੇ ਦਿੱਤਾ ਮੈਂ ਹਟਾਉਣਾ ਨਹੀਂ ਇਹਨੂੰ, ਇਹ ਜਿੰਨਾ ਹੋਵੇ ਉਹਦੀ ਰਜ਼ਾ 'ਚ ਹੈ। ਪਰ ਹੋਰ ਮਹਾਤਮਾ ਆ ਗਿਆ, ਉਹ ਕਹਿੰਦਾ ਨਹੀਂ ਹਟਾ ਦਿੰਦੇ, ਉਹ ਹਟਾ ਸਕਦਾ, ਆਪਦੇ ਆਪ ਹਟਾਉਣਾ ਨਹੀਂ ਠੀਕ ਰਹਿੰਦਾ। ਗੁਰਸਿੱਖ ਇਹ ਕਹਿੰਦਾ ਹੁੰਦਾ, ਮਹਾਰਾਜ ਜੀ ਇਹ ਦਰਦ ਨੂੰ ਮੈਨੂੰ ਝੱਲਣ ਦਾ ਬਲ ਦੇ ਦਿਓ, ਇਹ ਨਹੀਂ ਕਹਿੰਦਾ ਹੁੰਦਾ ਮੇਰਾ ਦਰਦ ਹਟਾ ਦਿਓ। ਇਹ ਵੱਡੇ ਗੁਰਸਿੱਖ ਨੇ, ਜ਼ਿਆਦਾ ਤੁਸੀਂ ਨਾ ਹਲੇ ਕਰਿਓ ਇਹ ਪ੍ਰੈਕਟੀਕਲ, ਤੁਸੀਂ ਤਾਂ ਹੋਰ ਔਖੇ ਹੋ ਜਾਓਗੇ। ਫਿਰ ਬਹੁਤ ਬੰਦਗੀ ਵਾਲੇ ਐਂ ਕਹਿੰਦੇ ਹੁੰਦੇ ਆ, ਮਹਾਰਾਜ ਜੀ ਮੈਨੂੰ ਝੱਲਣ ਦਾ ਬਲ ਬਖਸ਼ੋ। ਭਾਈ ਮਤੀ ਦਾਸ ਜੀ ਕਹਿੰਦੇ ਸੱਚੇ ਪਾਤਸ਼ਾਹ ਹੁਣ ਸਿਰ 'ਤੇ ਆਰਾ ਚੱਲਣਾ, ਮੈਨੂੰ ਝੱਲਣ ਦਾ ਬਲ ਦਿਓ, ਮੈਂ ਠੀਕ ਰਹਾਂ, ਪਾਸ ਹੋ ਜਾਂ ਫੇਲ ਨਾ ਹੋ ਜਾਂ। ਮਹਾਰਾਜ ਕਹਿੰਦੇ ਤੂੰ ਜਪਜੀ ਸਾਹਿਬ ਦਾ ਪਾਠ ਕਰੀ, ਸਿਰ 'ਤੇ ਜਦੋਂ ਆਰਾ ਚੱਲੂਗਾ ਬਸ ਪਾਸ ਹੋ ਜਾਏਗਾ। ਇਸ ਕਰਕੇ ਗੁਰਮੁਖ ਪਿਆਰਿਆਂ ਦੀਆਂ ਅਵਸਥਾ ਵੱਖਰੀਆਂ ਹੁੰਦੀਆਂ। ਮੰਨੇ ਕੀ ਗਤ ਕਹੀ ਨਾ ਜਾਏ, ਗਤ ਹੁੰਦੀ ਅਵਸਥਾ, ਜੇ ਕੋ ਕਹੈ ਪਿੱਛੇ ਪਛਤਾਏ। ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਨਾ ਜਾਣੈ ਮਨ ਕੋਏ।